ਗੈਂਗਸਟਰ ਵਿੱਕੀ ਕੌਂਡਰ ਤੇ ਗੈਂਗਸਟਰ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਮਾਮਲੇ 'ਚ ਪ੍ਰੇਮਾ ਲਾਹੌਰੀਆ ਦੇ ਭਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ 26 ਜਨਵਰੀ ਨੂੰ ਗੈਂਗਸਟਰ ਵਿੱਕੀ ਕੌਂਡਰ ਦੇ ਨਾਲ ਨਾਲ ਪ੍ਰੇਮਾ ਲਾਹੌਰੀਆ ਨੂੰ ਢੇਰ ਕਰਨ ਦਾ ਦਾਵਾ ਕੀਤਾ ਸੀ। ਪ੍ਰੇਮਾ ਲਾਹੌਰੀਆ ਦੇ ਸਕੇ ਭਰਾ ਨੇ ਦਾਵਾ ਕੀਤਾ ਹੈ ਉਹ ਐਨਕਾਊਂਟਰ ਤੋਂ ਬਾਅਦ ਮੌਕੇ ਤੇ ਹੋ ਕੇ ਆਇਆ ਹੈ। ਉਸਦਾ ਦਾਵਾ ਹੈ ਕਿ ਪੁਲਿਸ ਨੇ ਵਿੱਕੀ ਕੌਂਡਰ ਤੇ ਪ੍ਰੇਮੇ ਦਾ ਫਰਜ਼ੀ ਐਨਕਾਊਂਟਰ ਕੀਤਾ। ਪ੍ਰੇਮੇ ਦੇ ਭਰਾ ਨੇ ਕਿਹਾ ਕਿ ਜੇਕਰ ਵਿੱਕੀ ਕੌਂਡਰ ਤੇ ਪ੍ਰੇਮਾ ਲਾਹੌਰੀਆ ਉਸ ਹਵੇਲੀ ਚ ਹੁੰਦੇ ਤਾਂ ਪੁਲਿਸ ਦੀ ਜ਼ਰੂਰਤ ਨਹੀਂ ਹੋਣੀ ਸੀ ਕਿ ਉਹ ਉਸ ਹਵੇਲੀ ਚ ਵੜ ਜਾਂਦੇ। ਉਸਦੀ ਮੰਨੀਏ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਵਾਰਦਾਤ ਵਾਲੇ ਦਿਨ ਪੁਲਿਸ ਆਪਣੀ ਗੱਡੀਆਂ ਸਿੱਧਾ ਉਸ ਢਾਣੀ ਚ ਲੈ ਗਈ ਜਿੱਥੇ ਐਨਕਾਊਂਟਰ ਹੋਇਆ। ਪ੍ਰੇਮੇ ਦੇ ਭਰਾ ਦਾ ਤਰਕ ਹੈ ਕਿ ਜੇਕਰ ਉਹ ਵਾਕਈ ਉੱਥੇ ਹੁੰਦੇ ਤਾਂ ਪੁਲਿਸ ਇੰਨੇ ਲਾਪਰਵਾਹੀ ਵਾਲੇ ਤਰੀਕੇ ਦੇ ਨਾਲ ਢਾਣੀ 'ਚ ਨਾ ਵੜਦੀ। ਤੁਸੀਂ ਆਪ ਹੀ ਸੁਣੋ ਕੀ ਕਹਿ ਰਿਹਾ ਹੈ ਪ੍ਰੇਮੇ ਲਾਹੌਰੀਏ ਦਾ ਭਰਾ। ਅੰਦਰ ਨਹੀਂ ਜਾਣਿਆ, ਇਹਨਾਂ ਨੂੰ ਡਰ ਹੋਣਾ ਸੀ ਕਿ ਉਹ ਅੰਦਰ ਬੈਠੇ ਆ, ਕਿਉਂਕਿ ਪ੍ਰੇਮ ਕੌਂਟਰ ਨੇ ਇਹਨਾਂ ਪਹਿਲਾਂ ਚੱਕੇ ਆ। ਉੱਥੇ ਜਾ ਕੇ ਇਹਨਾਂ ਨੇ ਝੂਠਾ ਮੁਕਾਬਲਾ ਉਹਨਾਂ ਦਾ ਬਣਾਇਆ, ਚੱਕ ਇਹਨਾਂ ਨੇ ਪਹਿਲਾਂ ਹੀ ਲਾਏ। ਅਸੀਂ ਉੱਥੇ ਦੇਖ ਕੇ ਆਏ ਹਾਂ, ਸਾਨੂੰ ਆਂਢ ਗੁਆਂਢ ਨੇ ਵੀ ਦੱਸਿਆ ਵਾ ਕਿ ਜੇ ਇਹਨਾਂ ਨੂੰ ਪਤਾ ਸੀ ਕਿ ਕੌਂਟਰ ਹੋਣੀ ਉੱਥੇ ਪ੍ਰੇਮ ਹੋਣੀ ਬੈਠੇ ਨੇ, ਫਿਰ ਇਹ ਪੁਲਿਸ ਵਾਲੇ ਸਿੱਧੀਆਂ ਗੱਡੀਆਂ ਸਿੱਧੇ ਅੰਦਰ ਨਹੀਂ ਜਾਣੀਆਂ ਸੀ। ਇਹਨਾਂ ਨੂੰ ਡਰ ਹੋਣਾ ਸੀ ਕਿ ਉਹ ਅੰਦਰ ਬੈਠੇ ਆ, ਕਿਉਂਕਿ ਪ੍ਰੇਮ ਕੌਂਟਰ ਨੇ ਇਹਨਾਂ ਨੇ ਪਹਿਲਾਂ ਚੱਕੇ ਆ। ਉੱਥੇ ਜਾ ਕੇ ਇਹਨਾਂ ਨੇ ਝੂਠਾ ਮੁਕਾਬਲਾ ਉਹਨਾਂ ਦਾ ਬਣਾਇਆ, ਚੱਕ ਇਹਨਾਂ ਨੇ ਪਹਿਲਾਂ ਹੀ ਲਾਏ। ਅਸੀਂ ਉੱਥੇ ਜਾ ਕੇ ਸਭ ਕੁਛ ਦੇਖ ਕੇ ਆਏ, ਬਾਕੀ ਕੋਈ ਇਹਨਾਂ ਨੇ ਉਹਨਾਂ ਨੇ ਕੋਈ ਮੁਕਾਬਲਾ ਨਹੀਂ ਕੀਤਾ।